ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ, ਜੈ ਭੀਮ, ਜੈ ਭਾਰਤ। ਅੱਜ ਭਗਵਾਨ ਵਾਲਮੀਕੀ ਯੋਗ ਆਸ਼ਰਮ ਡੇਰਾ ਰਹੀਮਪੁਰ ਵਿਖੇ ਬਾਲ ਯੋਗੀ ਸੰਤ ਬਾਬਾ ਪ੍ਰਗਟਨਾਥ ਮਹਾਰਾਜ ਜੀ ਦੀ ਰਹਿਨਮਾਈ ਹੇਠ ਇੱਕ ਸਮਾਜ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਮੀਟਿੰਗ ਦਾ ਮੰਤਵ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੁਛ ਦਿਨਾਂ ਤੱਕ ਡੇਰੇ ਦੇ ਵਿੱਚ ਆ ਰਹੇ ਆ ਨਤਮਸਤਕ ਹੋਣ ਲਈ। ਉਹਨਾਂ ਦਾ ਨਤਮਸਤਕ ਹੋਣ ਲਈ ਆਉਣਾ ਸੀ, ਉਹਨਾਂ ਦੇ ਸਵਾਗਤ ਲਈ ਅਸੀਂ ਸੋਚਿਆ ਕਿ ਪਹਿਲਾਂ ਉਸ ਤੋਂ ਪਹਿਲਾਂ ਸਮਾਜ ਦੀ ਇੱਕ ਮੀਟਿੰਗ ਬੁਲਾਈ ਜਾਵੇ, ਬੁੱਧੀਜੀਵੀਆਂ ਦੀ ਸਲਾਹ ਲਈ ਜਾਵੇ। ਅੱਜ ਸਾਰੇ ਸਮਾਜ ਦੇ ਆਗੂ ਸਾਹਿਬਾਨ, ਧਾਰਮਿਕ ਆਗੂ ਸਾਹਿਬਾਨ, ਹੋਰ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਾਰੇ ਇਕੱਤਰ ਹੋਏ ਸੀਗੇ ਔਰ ਇੱਕ ਡੇਰੇ ਵੱਲੋਂ ਇੱਕ ਨਾ ਸਵਾਗਤ ਕਮੇਟੀ ਬਣਾਈ ਗਈ ਆ ਜਿਹੜੀ CM ਸਾਹਿਬ ਦਾ ਸਵਾਗਤ ਕਰੇਗੀ। ਇਸ 'ਤੇ MLA ਮੈਡਮ ਨਕੋਦਰ ਵਾਲਿਆਂ ਦੇ ਵਿਧਾਇਕ ਜਿਹੜੇ ਨਕੋਦਰ ਤੋਂ ਆ, ਉਹਨਾਂ ਨਾਲ ਰਾਤੀ ਮੀਟਿੰਗ ਹੋਈ ਸੀ। ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ CM ਸਾਹਿਬ ਸਾਨੂੰ ਦੱਸੋ ਕਿਸ ਦਿਨ ਆਉਣਾ ਵਾ। ਉਹਨਾਂ ਨੇ ਦੱਸਿਆ ਕਿ 7 ਤੋਂ 8 ਦੇ ਵਿੱਚ, 7 ਨੂੰ ਵੀ ਆ ਸਕਦੇ, 8 ਨੂੰ ਵੀ ਅਤੇ ਜਾਂ 6 ਨੂੰ ਵੀ ਆ ਸਕਦੇ ਆ, ਵੀ 2 ਦਿਨ CM ਸਾਹਿਬ ਨੇ ਜਲੰਧਰ ਹੀ ਰਹਿਣਾ ਵਾ ਅਤੇ ਫਾਈਨਲ ਉਹ ਕਹਿੰਦੇ ਵੀ ਅਸੀਂ ਦੋ ਦਿਨਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਫਾਈਨਲ ਡੇਟ ਦੱਸ ਦੇਵਾਂਗੇ ਕਿ ਕਿਸ ਦਿਨ। ਹੋਰ ਕੀ ਕਹਿਣਾ ਚਾਹੁੰਦੇ ਸੀ? ਅਸੀਂ ਇਹ ਕਹਿਣਾ ਚਾਹੁੰਦੇ ਕਿ ਅਸੀਂ ਸਾਰੀਆਂ ਪਾਰਟੀਆਂ, ਜਿਹੜਾ ਭਗਵਾਨ ਵਾਲਮੀਕੀ ਯੋਗ ਆਸ਼ਰਮ ਡੇਰਾ ਰਹੀਮਪੁਰ ਵਾ, ਇਹ ਇੱਕ ਧਾਰਮਿਕ ਡੇਰਾ ਵਾ, ਧਾਰਮਿਕ ਅਸਥਾਨ ਵਾ, ਵਾਲਮੀਕੀ ਮਜ਼੍ਹਬੀ ਸਿੱਖ ਸਮਾਜ ਦਾ। ਇੱਥੇ ਕਿਸੇ ਵੀ ਪਾਰਟੀ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ, ਨਾ ਇੱਥੋਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਕੋਈ ਬੋਲਿਆ ਜਾਂਦਾ ਅਤੇ ਨਾ ਕਿਸੇ ਦੇ ਵਿਰੋਧ ਦੇ ਵਿੱਚ ਬੋਲਿਆ ਜਾਂਦਾ ਵਾ। ਜਿਹੜਾ ਵੀ ਇੱਥੇ ਕਿਸੇ ਵੀ ਪਾਰਟੀ ਦਾ ਆਗੂ ਆਉਂਦਾ ਵਾ ਨਤਮਸਤਕ ਹੋਣ ਲਈ, ਉਹਨੂੰ ਇੱਥੇ ਜੀਆਇਆ ਕੀਤਾ ਜਾਂਦਾ ਵਾ, ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਵਾ, ਉਹਨੂੰ ਡੇਰੇ ਵੱਲੋਂ ਸਰੂਪਾ ਦਿੱਤਾ ਜਾਂਦਾ ਵਾ ਔਰ ਮਹਾਰਾਜ ਜੀ ਦਾ ਆਸ਼ੀਰਵਾਦ ਦਿੱਤਾ ਜਾਂਦਾ ਵਾ। ਥੈਂਕ ਯੂ।